ਟਾਰਗੇਟ ਤਾਂ ਉਹਨਾਂ ਨੂੰ ਨਹੀਂ ਕੀਤਾ ਗਿਆ, ਪਰ ਜਿਹੜੀਆਂ ਗੱਲਾਂ ਜੇ ਚੰਗਾ ਹੁੰਦਾ ਉਹ ਮੁੱਖ ਮੰਤਰੀ ਸਾਹਿਬ ਕੋਲ ਜਾ ਕੇ ਜਿਹੜੀ ਗੱਲ ਇੱਕ ਇਸ਼ੂ ਰੇਜ਼ ਹੋਏ ਸੀ ਉਹ ਇਸ਼ੂ ਜਿਵੇਂ ਉਹ ਪਹਿਲਾਂ ਕਲੀਅਰ ਕਰਦੇ ਸੀ ਉਹ ਕਲੀਅਰ ਕਰ ਲੈਂਦੇ, ਅਤੇ ਕੱਲ੍ਹ ਕੈਬਨਿਟ ਮੀਟਿੰਗ 'ਚ ਨਾ ਜਾ ਕੇ ਅਤੇ ਆਪਣੀ ਇੱਕ ਨਾਲ ਪ੍ਰੈਸ ਕਾਨਫਰੰਸ ਕਰਕੇ ਬਰਾਬਰ ਕਿਤੇ ਨਾ ਕਿਤੇ ਉਹ ਪਾੜਾ ਜਿਹੜਾ ਹੋਰ ਵਧਾ ਲਿਆ। ਅਤੇ ਇਹ ਫਿਰ ਉਦੋਂ ਬਾਅਦ ਗੱਲ ਜਿਹੜੀ ਆ ਉਹ ਚੀਫ ਮਿਨਿਸਟਰ ਸਾਹਿਬ ਨੇ ਦੇਖਣੀ ਹੁੰਦੀ ਹੈ ਵੀ ਕਿਹੜਾ ਮਹਿਕਮਾ ਕਿਹੜਾ ਚਲਾ ਸਕਦਾ, ਕਿੰਨਾ ਚੰਗਾ ਚਲਾ ਸਕਦਾ। ਪਾਵਰ ਦਾ ਮਹਿਕਮਾ ਦੇ ਤਾ, ਪਾਵਰ ਸਾਰੀ ਉਹਨਾਂ ਨੂੰ ਦੇਤੀ, ਅਤੇ ਮੈਂ ਸਮਝਦਾ ਹੁਣ ਤਾਂ ਕਮੀ ਉਹ ਨਹੀਂ ਰਹਿਣੀ ਜਦੋਂ ਤੱਕ ਮਹਿਕਮਾ ਹੀ ਪਾਵਰ ਦਾ ਦੇਤਾ। ਸਰ ਤੁਸੀਂ ਬੁੱਢੇ ਨਾਲੇ ਦੀ ਗੱਲ ਕੀਤੀ ਆ, ਲੁਧਿਆਣੇ ਦੇ ਵਿੱਚ ਭਾਵੇਂ ਜਗਰਾਓ ਬ੍ਰਿਜ ਆ, ਕਈ ਅਜੇ ਅਧੂਰੇ ਕੰਮ ਹਜੇ ਲਟਕੇ ਹੋਏ ਆ, ਤੁਸੀਂ ਧਰਨੇ ਵੀ ਲਾਏ ਸੀ ਜਾ ਕੇ ਲੱਡੋਵਾਲ ਦੇ ਉੱਤੇ, ਕੀ ਲੱਗਦਾ ਸਰ ਕਦੋਂ ਤੱਕ ਪ੍ਰੋਜੈਕਟ ਪੂਰੇ ਹੋਣਗੇ, ਕਿਉਂਕਿ ਲੋਕਾਂ ਨੂੰ ਬਹੁਤ ਸਮੱਸਿਆ ਹੁੰਦੀ ਹੈ? ਦੇਖੋ ਇਹ ਲਗਾਤਾਰ ਪਹਿਲਾਂ ਮੇਰਾ ਸਿੱਧਾ ਹੀ ਇਹ ਇਲੈਕਸ਼ਨਾਂ 'ਚ ਵੀ ਮੈਂ ਗੱਲ ਕਹਿੰਦਾ ਰਿਹਾ ਵੀ ਇਹ ਬ੍ਰਿਜ ਨੂੰ ਪਹਿਲਾਂ ਤਾਂ ਜਾਣ ਬੁੱਝ ਕੇ ਡਿਲੇ ਕਰਦੇ ਰਹੇ, ਉਹਨੂੰ ਜਿਹੜਾ ਠੇਕੇਦਾਰ ਆ ਉਹਨੂੰ ਸਹੀ ਪਹਿਲਾਂ ਟਾਈਮ ਸਿਰ ਉਹਨੂੰ ਕੰਮ ਪੂਰਾ ਕਰਨ ਦੇ ਹੁਕਮ ਨਹੀਂ ਦਿੱਤੇ। ਜਦੋਂ ਅਸੀਂ ਬਹੁਤ ਜ਼ਿਆਦਾ ਇਹਨਾਂ ਦੀ ਝੂੜੀ ਕਸੀ ਅਤੇ ਮੁੜ ਕੇ ਇਹਨਾਂ ਨੇ ਨੋਟਿਸ ਜਾਰੀ ਕਰਤੇ, ਫਿਰ ਕੰਪਨੀ ਨੂੰ ਇਹ ਹੋ ਗਿਆ ਵੀ ਸਾਨੂੰ ਕਿਤੇ ਮਹਿਕਮਾ, ਜਦੋਂ GM ਨੇ ਗੇੜੇ ਦਿੱਤੇ ਉਰੇ ਦੋ ਵਾਰ, ਫਿਰ ਮੈਂ ਟੈਂਡ ਜਿਹੜੇ ਕੰਪਨੀ ਕੰਮ ਕਰ ਰਹੀ ਸੀ ਉਹਨਾਂ ਨੂੰ ਇਹ ਹੋ ਗਿਆ, ਇੱਕ ਵਾਰ ਇਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਜਿਹੜਾ ਟੈਂਡਰ ਆ ਤੋਂ ਵਾਪਸ ਲੈਣਾ ਹੈ, ਇਹ ਅਸੀਂ ਕੰਮ ਕਿਸੇ ਹੋਰ ਨੂੰ ਦੇਵਾਂਗੇ ਜਦੋਂ ਤੁਸੀਂ ਨਹੀਂ ਕਰ ਰਹੇ। ਉਹਦੇ ਕਰਕੇ ਇਲੈਕਸ਼ਨਾਂ ਦੇ ਦੌਰਾਨ, ਕਿਉਂਕਿ ਉਦੋਂ ਕੋਰਟ ਲੱਗਿਆ ਹੋਇਆ ਸੀ, ਉਸ ਵੇਲੇ ਇਹਨਾਂ ਦੀ ਕਸ਼ਮਕਸ਼ਮ ਚੱਲਦੀ ਰਹੀ ਅਤੇ ਕੰਪਨੀ ਨੂੰ ਇਹ ਹੋ ਗਿਆ ਵੀ ਸਾਤੋਂ ਸ਼ਾਇਦ ਕੰਮ ਵਾਪਸ ਲਏਗਾ ਰੇਲਵੇ ਮਹਿਕਮਾ, ਅਤੇ ਇਹਨਾਂ ਉਹਨਾਂ ਨੇ ਕੰਮ ਜਿਹੜਾ ਹੈ ਉਹ ਰੋਕਤਾ। ਪਰ ਹੁਣ ਉਹ ਸਾਰੀਆਂ ਗੱਲਾਂ ਨਿਬੜ ਗਈਆਂ ਅਤੇ ਦੁਬਾਰਾ ਇਹੀ ਜਿਹੜਾ ਕੰਮ ਕਰ ਰਿਹਾ ਠੇਕੇਦਾਰ, ਇਹੀ ਕੰਪਨੀ ਆ ਜਿਹੜਾ ਇਹ ਕੰਮ ਕਰੇਗੀ, ਅਤੇ ਬੜੇ ਤੇਜ਼ੀ ਨਾਲ ਕੰਮ ਚੱਲ ਰਿਹਾ। ਅਤੇ ਐਵੇਂ ਕੋਈ ਕੁਛ ਕਵੇ, ਇਹਨੂੰ ਘੱਟੋ ਘੱਟ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਇਹਨਾਂ ਦੇ ਰੋਜ਼ ਮੈਂ ਇਹ ਨਹੀਂ ਕਹਿੰਦਾ ਇੱਕ ਦਿਨ ਜਾ ਕੇ ਨਹੀਂ ਕੰਮ, ਰੋਜ਼ ਮਨਿਊਟਲੀ ਕਦੇ ਆਸ਼ੂ ਜੀ, ਕਦੇ ਮੈਂ, ਕਦੇ ਮੇਅਰ ਸਾਹਿਬ, ਕਦੇ ਕੌਂਸਲਰ ਸਾਹਿਬ, ਤਕਰੀਬਨ ਰੋਜ਼ ਦੀ ਰੋਜ਼ ਇਹਨੂੰ ਚੈੱਕ ਰੱਖਾਂਗੇ। ਅਤੇ ਜਿਹੜੀ ਢਿੱਲ ਆਈ ਆ ਪਿਛਲੇ ਦਿਨਾਂ 'ਚ ਜਦੋਂ ਇਲੈਕਸ਼ਨ ਕੋਡ, ਕਿਉਂਕਿ 70 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਉਹ 'ਚ ਨਹੀਂ ਗਿਆ, ਉਹ 'ਚ ਅਸੀਂ ਕੋਈ ਦਖਲ ਨਹੀਂ ਦੇ ਸਕਦੇ ਸੀ, ਅਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ 3 ਮਹੀਨੇ ਦੇ ਅੰਦਰ ਅੰਦਰ ਇਹ ਕੰਮ ਕੰਪਲੀਟ ਕਰ ਲੈਣਗੇ। ਜੋ ਅੱਜ ਦੀ ਸਥਿਤੀ ਆ, ਜੋ ਮੈਂ ਕੱਲ੍ਹ ਜਾ ਕੇ ਦੇਖਿਆ ਹੈ, ਜਿਹੜੀ ਥੱਲੜੀ ਫਾਊਂਡੇਸ਼ਨ ਆ ਸਾਰੀ ਸਭ ਤੋਂ ਦੋਨੋਂ ਪਾਸੇ ਉਹ ਬਣ ਚੁੱਕੀ ਆ, ਅਤੇ 7-7 ਇਹਨਾਂ ਨੇ ਉੱਤੇ ਜਿਹੜੇ ਆ ਬਲੋਕ ਬਣਾਉਣੇ ਆ, ਅਤੇ ਇੱਕ ਬਲੋਕ ਤਕਰੀਬਨ 3 ਦਿਨ ਲੈਂਦਾ ਹੈ, ਅਤੇ ਉੱਤੋਂ ਦੋਨੋਂ ਪਾਸੇ 7-7 ਬਲੋਕ ਤੋਂ ਬਾਅਦ ਜਦੋਂ ਪੂਰੇ ਬਣ ਜਾਣੇ, ਉਦੋਂ ਬਾਅਦ ਜਿਹੜੇ ਕੱਲ੍ਹ ਹੀ ਇੰਸਪੈਕਸ਼ਨ ਲਈ ਜਿਹੜੇ ਉੱਤੇ ਜਿਹੜੀ ਲੋਹੇ ਦੇ ਜਿਹੜੇ ਬ੍ਰਿਜ ਬਣਨਾ ਹੈ ਉਹਦੀ ਇੰਸਪੈਕਸ਼ਨ ਲਈ ਖਾਸ ਤੌਰ 'ਤੇ ਟੀਮ ਕੱਲ੍ਹ ਦਿੱਲੀ ਗਈ ਹੋਈ ਸੀ, ਉਹ ਉੱਥੋਂ ਬਣ ਕੇ ਹੀ ਉਰੇ ਆਉਣੇ ਆ, ਅਤੇ 3 ਮਹੀਨੇ ਦੇ ਅੰਦਰ ਅੰਦਰ ਹੁਣੇ ਜਿਹੜਾ ਕੰਮ ਆ ਇਹ ਇੱਕ ਜਿਹੜਾ ਗਾਰਡਰ ਹੈ ਕਾ ਵੀ ਚੁੱਕਿਆ, ਅਤੇ ਬਾਕੀ ਦੀ ਸਾਰੀ ਇੰਸਪੈਕਸ਼ਨ ਜਿਹੜੀ ਉਹ ਕੰਪਲੀਟ ਹੋ ਗਈ ਆ, ਅਤੇ 3 ਮਹੀਨੇ ਦੇ ਅੰਦਰ ਅੰਦਰ ਇਹ ਤਕਲੀਫ ਲੋਕਾਂ ਨੂੰ ਵਾਕਈ ਬਹੁਤ ਦਿੱਤੀ ਹੈ ਇਹਨਾਂ ਨੇ। ਅਸੀਂ ਪੈਸੇ ਦਿੱਤੇ ਨੂੰ ਦੇਖ ਲਓ, 17 ਦੇ ਵਿੱਚ ਪੈਸੇ ਦੇ ਤੇ ਸੀ ਪੰਜਾਬ ਸਰਕਾਰ ਨੇ ਜਿਹੜਾ ਰੇਲਵੇ ਨੂੰ, ਅਤੇ ਉਰੇ ਰੇਲਵੇ ਮੰਤਰੀ ਇਹ ਕਹਿ ਕੇ ਚਲੇ ਗਏ ਵੀ ਮੈਨੂੰ ਤਾਂ ਕਦੇ MP ਮਿਲੇ ਹੀ ਨਹੀਂ, ਅਤੇ ਇਸ ਕਰਕੇ ਜ਼ਰੂਰ ਇਸ ਗੱਲ ਨੂੰ ਸਿਆਸਤ ਨਾਲ ਕਿਤੇ ਨਾ ਕਿਤੇ ਜੋੜਿਆ ਗਿਆ। ਚਲੋ ਉਹ ਗੱਲ ਹੁਣ ਛੱਡੋ, ਹੁਣ ਗੱਲ ਤਾਂ ਇਹ ਆ ਵੀ ਕੰਮ ਪੂਰਾ ਕਰਾਉਣਾ ਉਹ ਕਿਵੇਂ ਕਰਾਉਣਾ ਅਤੇ ਛੇਤੀ ਕਿਵੇਂ ਕਰਾਉਣਾ ਉਹ ਇਸ ਵੇਲੇ ਦੇਖਣ ਦੀ ਲੋੜ। ਦੇਖੋ ਉਹ ਤਾਂ ਜ਼ੋਰਾਂ 'ਤੇ ਕੰਮ ਚੱਲ ਰਿਹਾ। ਕੱਲ੍ਹ ਮੈਂ ਕਿਸੇ ਦੀ ਅਪੋਲੋ ਹੋਸਪਿਟਲ ਵੈਸੇ ਗਿਆ ਸੀ, ਅਤੇ ਅਪੋਲੋ ਹੋਸਪਿਟਲ ਦੇ ਮੂਹਰੇ ਜਿਹੜਾ ਪੁਲ ਆ ਉਹਦਾ ਕੰਮ ਵੀ ਜਿਹੜਾ ਉਹਨਾਂ ਨੇ ਜੰਗੀ ਪੱਧਰ 'ਤੇ ਸ਼ੁਰੂ ਕਰਤਾ, ਅਤੇ ਇਹ ਤਾਂ ਤੁਹਾਡੇ ਮੂਹਰੇ ਜਿਹੜਾ ਕੰਮ ਆ ਉਹ ਚੱਲ ਹੀ ਰਿਹਾ ਹੈ, ਤੁਸੀਂ ਦੇਖਿਆ ਹੀ ਆ। ਅਤੇ ਜਿਹੜੀਆਂ ਬਸਤੀ ਜੋਧੇਵਾਲ ਵਾਲਾ ਜਿਹੜੀਆਂ ਤਰੀਕਾਂ ਦਿੱਤੀਆਂ ਹੈ ਉਹ ਤਰੀਕਾਂ ਜਿੱਦਣ ਪੂਰੀਆਂ ਹੋ ਗਈਆਂ ਉਦੋਂ ਬਾਅਦ ਅਸੀਂ ਤਾਂ ਸਾਡਾ ਤਾਂ ਤਿਆਰ ਹੀ ਆ ਬੋਰੀ ਬਿਸਤਰਾ। ਦੇਖੋ ਜੀ, ਮੈਂ ਤਾਂ ਕਿਹਾ ਸੀ ਵੀ ਜੇ ਸਾਡੀ ਸਰਕਾਰ ਬਣ ਜੇ, ਮੈਂ ਤਾਂ ਓਪਨਲੀ ਕਿਹਾ ਸੀ ਵੀ 6 ਮਹੀਨੇ ਦੇ ਵਿੱਚ ਇਹ ਟੋਲ ਪਲਾਜ਼ਾ ਜਿਹੜਾ ਬੰਦ ਹੋ। ਪਰ ਹੁਣ ਸਰਕਾਰ ਨਹੀਂ ਬਣੀ, ਹੁਣ ਇਹਨਾਂ ਨਾਲ ਹੀ ਕੰਮ ਚਲਾਉਣਾ ਪੈਣਾ ਹੈ BJP ਵਾਲਿਆਂ ਨਾਲ ਹੀ, ਅਤੇ ਇਹ ਗੱਲਾਂ ਸਾਰੀਆਂ ਜਿਹੜੀ ਗਡਕਰੀ ਸਾਹਿਬ ਨੂੰ ਵੀ ਉਰੇ ਲੈ ਕੇ ਆਵਾਂਗੇ, ਕਿਉਂਕਿ ਦੋਨੋਂ ਮਹਿਕਮੇ ਉਹਨਾਂ ਦੇ ਕੋਲ ਨੇ, ਅਤੇ ਉਹਨਾਂ ਨੂੰ ਖਾਸ ਤੌਰ 'ਤੇ ਬੁੱਢੇ ਨਾਲੇ ਵਾਲਾ ਵੀ ਦਰਿਆ ਵਾਲਾ ਕੰਮ ਵੀ ਉਹਨਾਂ ਨੂੰ ਦਿਖਾਉਣਾ, ਅਤੇ ਨੈਸ਼ਨਲ ਹਾਈਵੇ ਵਾਲਾ ਕੰਮ ਵੀ ਆ ਜਿਹੜਾ ਇਹ ਉਹਨਾਂ ਨੂੰ ਦਿਖਾਉਣਾ। ਪਾਰਲੀਮੈਂਟ ਸੈਸ਼ਨ ਤੋਂ ਬਾਅਦ ਮੈਂ ਪੂਰਾ ਜ਼ੋਰ ਪਾਊਂਗਾ ਵੀ ਖਾਸ ਤੌਰ 'ਤੇ ਆ ਕੇ ਉਰੇ ਟੂਰ ਕਰੋ, ਆਪ ਇਹ ਹਕੀਕਤਾਂ ਜਿਹੜੀਆਂ ਹੈ ਗਰਾਊਂਡ ਰਿਐਲਿਟੀ 'ਤੇ ਆਪ ਆ ਕੇ ਦੇਖੋ ਜਿਹਦੇ ਨਾਲ ਇਹ ਕੰਮ ਚੱਲ ਸਕੇ। ਅਤੇ ਮੈਂ ਪਹਿਲੇ ਸੈਸ਼ਨ 'ਚ ਹੀ ਇਹ ਗੱਲ ਜ਼ੋਰ ਪਾ ਕੇ
ਉਹਨਾਂ ਦੇ ਮੂਹਰੇ ਰੱਖੂਗਾ, ਚਾਹੇ ਪ੍ਰਧਾਨ ਮੰਤਰੀ ਤੱਕ ਰੱਖਣੀ ਪਏ। ਕੱਲ੍ਹ ਸਰ ਸਾਕਾ ਨੀਲਾਕਾਰਾਂ ਦੀ ਕੱਲ੍ਹ ਬਰਸੀ ਮਨਾਈ ਗਈ ਹੈ, ਲੁਧਿਆਣਾ ਦੇ ਵਿੱਚ ਵੀ ਜਿਹੜਾ ਮਾਹੌਲ ਹੈ ਤਣਾਅਪੂਰਨ ਹੋ ਗਿਆ ਸੀ, ਸਰ ਕੀ ਲੱਗਦਾ ਹੈ ਕਿ ਅਜਿਹੇ ਟਾਈਮ 'ਚ ਹਾਲਾਂਕਿ ਪੁਲਿਸ ਨੇ ਮੌਕੇ 'ਤੇ ਆ ਕੇ ਕਾਬੂ ਕਰ ਲਿਆ, ਪਰ ਹਜੇ ਵੀ ਜਿਹੜੀਆਂ ਤਾਕਤਾਂ ਬਾਹਰ ਦੀਆਂ ਬੈਠੀਆਂ ਹੋਏ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ? ਦੇਖੋ, ਕਿਤੇ ਨਾ ਕਿਤੇ ਇਹ ਗੱਲ ਸਮਝਣੀ ਚਾਹੀਦੀ ਆ, ਆਪਾਂ ਸਾਰੇ ਰੋਜ਼ ਇਕੱਠੇ ਰਹਿੰਦੇ ਹਾਂ, ਰੋਜ਼ ਹਿੰਦੂ ਸਿੱਖ ਮੁਸਲਿਮ ਇਸਾਈ ਆਪਾਂ ਨਾਲ ਗਵਾਂਢੀ ਰੋਜ਼ ਸਭ ਕੁਛ ਆਪਾਂ ਇਕੱਠੇ ਰਹਿੰਦੇ ਹਾਂ, ਅਤੇ ਫਿਰ ਇਸ ਦਿਨ ਆ ਕੇ ਕਿਉਂ ਇਹੋ ਜਿਹੀ ਗੱਲ ਕਰਨੀ ਹੁੰਦੀ ਹੈ, ਕਿਉਂ ਟੈਨਸ਼ਨ ਕਰਨੀ ਹੁੰਦੀ ਹੈ? ਅਤੇ ਇਸ ਕਰਕੇ ਇਹਨੂੰ ਕਿਸ ਤਰੀਕੇ ਨਾਲ ਹੋਰ ਸਖਤੀ ਨਾਲ ਵੀ ਲਿਆ ਜਾਊਗਾ, ਜਿਹੜੇ ਇਹੋ ਜਿਹੇ ਜਿਹੜੇ ਤੱਤਵ ਨੇ ਜਿਹੜੀਆਂ ਇਹ ਚੀਜ਼ਾਂ ਕਰਦੇ ਆ, ਕਿਉਂਕਿ ਬਾਹਰੋਂ ਆ ਕੇ ਜਿਹੜੇ ਬਾਹਰਲੇ ਏਜੰਸੀਆਂ ਦੇ ਬੰਦੇ ਨੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦੇ ਨੂੰ ਭਟਕਾ ਕੇ ਇਹੋ ਜਿਹੀਆਂ ਕੋਸ਼ਿਸ਼ਾਂ ਉਹ ਕਰਵਾਉਂਦੇ ਆ, ਹਮੇਸ਼ਾ ਉਹਨਾਂ ਦੀ ਇਹ ਗੱਲ ਰਹਿੰਦੀ ਆ। ਪਰ ਅਸੀਂ ਇਹ ਲੋਕਾਂ ਨੂੰ ਸਖਤੀ ਨਾਲ ਲਵਾਂਗੇ, ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਇਹ ਕੰਮ ਕਰਨ ਦੀ, ਕਿਉਂਕਿ ਜੇ ਮਾੜੀ ਮੋਟੀ ਕਿਸੇ ਦੇ ਨਾਲ ਕੋਈ ਵੀ ਸੱਟ ਫੇਟ ਵੱਜ ਜਾਏ ਤਾਂ ਉਸ ਤੋਂ ਬਾਅਦ ਮਾਹੌਲ ਜਿਹੜਾ ਹੈ ਉਹ ਕਿੱਧਰ ਨੂੰ ਜਾਂਦਾ ਫਿਰ ਪਤਾ ਨਹੀਂ ਲੱਗਦਾ। ਇਸ ਕਰਕੇ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਆ, ਜਿਹੜੇ ਲੋਕ ਆਪ ਇਹ ਧਰਨੇ ਮੁਜ਼ਾਹਰਿਆਂ ਜਾਂਦੇ ਆ ਉਹਨਾਂ ਨੂੰ ਬਿਲਕੁਲ ਵੀ ਜਾਣਾ ਨਹੀਂ ਚਾਹੀਦਾ, ਕਿਉਂਕਿ ਇਹਦੇ ਨਾਲ ਮਾਹੌਲ ਖਰਾਬ ਹੁੰਦਾ। ਅਤੇ ਇੱਕ ਵਾਰੀ ਮਾਹੌਲ ਖਰਾਬ ਆਪਾਂ ਪੰਜਾਬ 'ਚ ਦੇਖਿਆ ਹੋਇਆ, 35,000 ਲੋਕਾਂ ਨੂੰ ਆਪਣੀਆਂ ਕੁਰਬਾਨੀਆਂ ਸ਼ਹਾਦਤਾਂ ਦੇਣੀਆਂ ਪਈਆਂ ਤਾਂ ਅਮਨ ਚੈਨ ਆਇਆ। ਇੰਡਸਟਰੀ ਦਾ ਆਰੋਪ ਆ ਕਿ ਬਿਜਲੀ ਸਸਤੀ ਜਿਹੜੀ ਦੇਣੀ ਸੀਗੀ ਹਾਲੇ ਵੀ ਇਹ ਰੇਟ ਜਿਹੜੇ ਵਧਾ ਦਿੱਤੇ ਗਏ ਨੇ, ਸਸਤੀ ਨਹੀਂ ਹੋ ਰਹੀ। ਦੇਖੋ, ਇਹ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਨਾਲ ਗੱਲ ਕਰਾਂਗੇ, ਜੇ ਕੋਈ ਇਹੋ ਜਿਹੀ ਦਿੱਕਤ ਆ ਰਹੀ ਹੈ ਜਿਹਦੇ ਨਾਲ ਹਜੇ ਵੀ ਉਹਨਾਂ ਨੂੰ 5 ਰੁਪਏ ਬਿਜਲੀ ਨਹੀਂ ਮਿਲ ਰਹੀ, ਤਾਂ ਉਸ ਗੱਲ ਨੂੰ ਜ਼ਰੂਰ, ਨਵੇਂ ਪਾਵਰ ਮਿਨਿਸਟਰ ਵੀ ਬਣ ਗਏ ਨੇ ਹੁਣ, ਅਤੇ ਉਸ ਗੱਲ ਨੂੰ ਇੰਡਸਟਰੀ ਵਾਲਿਆਂ ਨਾਲ ਗੱਲ ਕਰਕੇ ਉਹ ਜ਼ਰੂਰ ਮੁੱਖ ਮੰਤਰੀ ਦੇ ਧਿਆਨ 'ਚ ਵੀ ਲੈ ਕੇ ਆਵਾਂ। ਚਲੋ, ਇਹ 'ਚ ਤਾਂ ਮੈਂ ਤਾਂ ਕੀ ਕਹਿ ਸਕਦਾ, ਪਰ ਜ਼ਰੂਰ ਭਾਜਪਾ ਵਾਲੇ ਇਸ ਵੇਲੇ ਭਾਈ ਤਕੜੇ ਹੋਏ ਨੇ, ਅਕਾਲੀ ਦਲ ਨੂੰ ਉਹ ਜ਼ਰੂਰ ਅੱਖਾਂ ਦਿਖਾਉਣਗੇ ਹੀ ਦਿਖਾਉਣਗੇ, 'ਚ ਕੋਈ ਸ਼ੱਕ ਨਹੀਂ। ਅਤੇ ਸੀਟਾਂ ਵੀ ਇੱਕ ਪਾਸੇ ਘਰ ਵਾਲਾ ਘਰ ਵਾਲੀ ਦੀ ਰਹਿ ਗਈਆਂ, ਉਹ 2 ਸੀਟਾਂ ਬਰਾਬਰ ਜਿੱਤੇ ਨੇ, ਅਤੇ ਇਸ ਵਾਰ ਜ਼ਰੂਰ ਉਹ ਬੀਜੇਪੀ ਵਾਲੇ, ਪਰ ਇਹ ਸਿਰਫ ਲੋਕਾਂ ਨੂੰ ਥੱਲੇ ਕੈਡਰ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਹੈ ਬੀਜੇਪੀ ਵਾਲੇ ਜਿਹੜੇ ਹਮੇਸ਼ਾ ਕਰਦੇ ਆ, ਪਰ ਉਹਨਾਂ ਦੀ ਦੁਕਾਨ ਜਿਹੜੀ ਬੀਜੇਪੀ ਦੀ ਆ ਉਹ ਅਕਾਲੀ ਦਲ ਤੋਂ ਬਗੈਰ ਚੱਲਦੀ ਨਹੀਂ। ਜੇ ਉਹ ਇੰਨੀ ਗੱਲ ਹੁੰਦੀ ਤਾਂ ਫਿਰ ਕੈਬਨਿਟ ਮੰਤਰੀ ਹਰਸਿਮਰਤ ਨੂੰ ਕਿਉਂ ਬਣਾਇਆ ਜੀ? ਬੀਜੇਪੀ ਵਾਲਿਆਂ ਨੂੰ ਮੰਤਰੀ ਬਣਾ ਲੈਂਦੇ, ਉਹ ਵੀ 2 ਜਿੱਤੇ ਆ। ਜੇ ਕੈਬਨਿਟ, ਜੇ ਉਹਨਾਂ ਨੇ ਬੀਜੇਪੀ ਨੂੰ ਤਕੜਾ ਕਰਨਾ ਹੁੰਦਾ ਤਾਂ ਉਹ ਕੈਬਨਿਟ ਮੰਤਰੀ ਬੀਜੇਪੀ ਦਾ ਬਣਾਉਂਦੇ, ਹਰਸਿਮਰਤ ਨੂੰ ਸਟੇਟ ਮਿਨਿਸਟਰ ਬਣਾਉਂਦੇ। ਪਰ ਕੈਬਨਿਟ ਮੰਤਰੀ ਕੌਣ ਆ? ਹਰਸਿਮਰਤ ਕੌਰ ਆ ਬੀਜੇਪੀ ਦੀ ਸਰਕਾਰ 'ਚ, ਜਿਹੜਾ ਸੋਮ ਪ੍ਰਕਾਸ਼ ਜੀ ਉਹ ਕੋ ਮਹਿਕਮਾ ਵੀ ਇੱਕ ਮੈਂ ਕਹਿੰਦਾ ਟੁੱਟਿਆ ਜਿਹਾ, ਅਤੇ ਸਟੇਟ ਮਿਨਿਸਟਰ ਨੇ ਕਿਸੇ ਦੇ ਨਾਲ ਲਾਏ ਨੇ। ਇੱਥੋਂ ਪਤਾ ਲੱਗਦਾ ਵੀ ਉਹ ਕਹਿਣ ਦੀਆਂ ਗੱਲਾਂ ਪੰਜਾਬ ਵਾਲਿਆਂ ਦੀ ਹੋਰ ਆ, ਪਰ ਦਿੱਲੀ ਵਾਲੇ ਬੀਜੇਪੀ ਨੂੰ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਥੱਲੇ ਲਾ ਕੇ ਰੱਖਣਾ ਚਾਹੁੰਦੇ ਆ। ਉਹ ਬਾਦਲ ਪਰਿਵਾਰ ਨਾਲ ਉਹਨਾਂ ਦੀ ਪੂਰਾ ਹੱਥ ਮਿਲਿਆ ਹੋਇਆ, ਅਤੇ ਜਿਹੜਾ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਅਕਾਲੀ ਦਲ ਪੂਰੀ ਕਰ ਰਿਹਾ, ਅਤੇ ਇਸ ਕਰਕੇ ਬੀਜੇਪੀ ਵਾਲੇ ਥੱਲੇ ਇਹੋ ਜਿਹੀਆਂ ਗੱਲਾਂ ਕਰਕੇ ਪ੍ਰਧਾਨ ਲੈਵਲ 'ਤੇ ਖੁਸ਼ ਹੋ ਜਾਂਦੇ ਆ, ਉਹ ਖਿਆਲੀ ਪਲਾਓ ਬਣਾਈ ਜਾਣ, ਰਹਿਣ ਖੁਸ਼, ਹਮੇਸ਼ਾ ਹੀ ਇਹ ਗੱਲਾਂ ਕਰਦੇ ਆ। ਥੈਂਕ ਯੂ।